ਕਿਸ਼ਤੀ ਲਹਿਰ ਦੇ ਨਾਲ ਟਕਰਾਓਗੀ ਤਾਂ ਹੀ ਉਹਨੂੰ ਕਿਨਾਰੇ ਨਸੀਬ ਹੋਣਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਲਵਲ ਔਜਲਾ ਵਿਜ਼ਿਟ ਪੰਜਾਬ ਚੈਨਲ ਦੇ ਇਸ ਐਪੀਸੋਡ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅੱਜ ਜੀ ਮੈਂ ਤੁਹਾਡੇ ਨਾਲ ਬਾਬਾ ਸ਼ੇਖ ਫਤਿਹ ਜੀ ਦੀ ਦਰਗਾਹ ਅਤੇ ਤਲਾਵਾਂ ਪਿੰਡ ਸਾਂਝਾ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ। ਚੰਗਾ ਜੀ ਦੋਸਤੋ, ਤੁਸੀਂ ਦੇਖੋ ਇਸ ਵੀਡੀਓ ਨੂੰ। ਮੈਂ ਤੁਹਾਡੇ ਨਾਲ ਮਿਲਦਾ ਹਾਂ ਅਗਲੇ ਐਪੀਸੋਡ ਦੇ ਵਿੱਚ। ਹਾਂਜੀ, ਜੰਡਿਆਲੇ ਬੱਸ ਅੱਡੇ ਤੋਂ ਆ ਰਿਹਾ ਰਾਹ ਸਿੱਧਾ। ਹਾਂ, ਇੱਥੇ ਇੱਕ ਛੋਟੀ ਜਿਹੀ ਨਹਿਰ ਵੀ ਹੈ, ਉਹ ਸਾਹਮਣੇ ਦੇਖੋ ਜੀ। ਹਾਂ, ਨਹਿਰ ਆ ਗਈ ਜੀ। ਆ ਜੱਟੀ ਉਮਰਾ ਨਹਿਰ ਹੈ ਜੀ। ਬਾਬਾ ਸ਼ੇਖ ਫਤਿਹ ਨੂੰ ਰਾਹ ਜਾਂਦਾ ਹੈ ਜੀ ਸਿੱਧੀ। ਆ ਪੱਕੀ ਰੋਡ ਸਿੱਧੀ ਉੱਧਰ ਨੂੰ ਜਾਂਦੀ ਹੈ ਬਾਬਾ ਸ਼ੇਖ ਫਤਿਹ ਨੂੰ। ਸ਼ੇਖ ਫਤਿਹ ਨੂੰ ਰਾਹ ਜਾਂਦਾ ਇਹ ਵਾਲਾ, ਤੇ ਆਹ ਰਾਹ ਕਿੱਧਰ ਦੀ ਆਉਂਦਾ ਆ? ਜੰਡਿਆਲੇ ਆਉਂਦਾ, ਤੇ ਲਾਗੇ ਕਿਹੜੇ ਕਿਹੜੇ ਪਿੰਡ ਪੈਂਦੇ ਇੱਥੇ? ਇੱਥੇ ਹਾਂਜੀ ਪਤਾ ਨਹੀਂ, ਅਸੀਂ ਦੇ ਬਾਗ ਵੀ ਨਾ ਨਹੀਂ ਪਤਾ। ਇਹ ਬੜੇ ਪਿੰਡ ਹੈ, ਇੱਥੇ ਪਿੰਡ ਹੈ, ਇੱਥੇ ਪਿੰਡ ਹੈ, ਉਹ ਸੇਖਵਾਂ ਦਾ ਪਿੰਡ ਹੈ, ਇੱਧਰ ਵੀ ਪਿੰਡ ਬੜੇ। ਨਾਮ ਨਹੀਂ ਪਤਾ ਤੁਹਾਨੂੰ ਕਿਸੇ ਵੀ ਪਿੰਡ ਦਾ? ਨਾਮ ਨਹੀਂ ਪਤਾ? ਨਾ, ਘੱਟੀ ਸੀ ਜਾ ਰਹੇ। ਆਈ ਜੰਡਿਆਲੇ ਤੋਂ ਆਉਂਦਾ ਰਾਹ ਜੀ, ਆ ਇੱਕ ਛੋਟੀ ਨਹਿਰ ਹੈ ਜੀ, ਆ ਪੁਲੀ ਤੋਂ ਆ ਕੇ ਰਾਹ ਮੁੜ ਜਾਂਦਾ ਇੱਧਰ ਨੂੰ ਸ਼ੇਖ ਫਤਿਹ ਨੂੰ। ਉਹ ਨਹਿਰ ਦਾ ਪਾਣੀ ਆਉਂਦਾ ਪਿਆ ਜੀ ਸਾਹਮਣੇ, ਆ ਨਹਿਰ ਨਾਲ ਜਾਂਦਾ ਰਾਹ ਸਾਰਾ ਜੀ। ਆ ਪੁਲੀ ਹੈ ਛੋਟੀ ਜੀ, ਸਾਹਮਣੇ ਰਾਹ ਆਉਂਦਾ ਜਿਹਦੇ ਆਪਾਂ ਆਏ ਆ। ਆਹ ਪਿੰਡ ਦਾ ਨਾਮ ਪੈਂਦਾ ਜੀ ਰੱਖ ਸ਼ੇਖ ਪਤਾ, ਇੱਕ ਆ ਪੁਲੀ ਥਾਣੀ, ਆਹ ਵੀ ਰਾਹ ਆਉਂਦਾ ਜੀ ਇੱਧਰ ਦੀ। ਆ ਜੀ ਦਰਗਾਹ ਬਾਬਾ ਸ਼ੇਖ ਪਤਾ ਨੂੰ ਰਾਹ ਜਾਂਦਾ ਜੀ, ਆ ਰਾਹ ਜਾਂਦਾ ਜੀ। ਉਹ ਸਾਹਮਣੇ ਜਗ੍ਹਾ ਦੇਖਦੀ ਪਈ ਹੈ, ਆ ਜੀ ਅਸੀਂ ਆ ਗਏ ਹਾਂ ਲਾਗੇ। ਆਹ ਸਾਹਮਣੇ ਜੀ ਬਾਬਾ ਜੀ ਦਰਗਾਹ ਹੈ, ਆਹ ਲਾਗਲਾ ਇਲਾਕਾ ਜੀ ਸਾਰਾ। ਹਾਂਜੀ ਬਾਬਾ ਜੀ, ਲਾਗੇ ਲਾਗੇ ਆਪਣੇ ਕਿਹੜੇ ਪਿੰਡ ਪੈ ਜਾਂਦੇ ਜੀ?
ਜਹਾਂਗੀਰ ਜੀ। ਜਹਾਂਗੀਰ ਪਿੰਡ ਲਾਗੇ ਪੈ ਜਾਂਦਾ ਭੈਣੀ? ਠੀਕ ਹੈ ਜੀ। ਬਾਬੇ ਸ਼ੇਖ ਪਤਾ ਸ਼ੇਖਾਂ ਵਾਲੀ? ਠੀਕ ਹੈ ਜੀ। ਹਾਂਜੀ ਬਾਬਾ ਜੀ ਦਰਗਾਹ ਆ ਗਏ ਜੀ ਸਾਹਮਣੇ, ਬਹੁਤ ਸੋਹਣਾ। ਹਾਂ ਜੀ ਅਸੀਂ ਬਾਬਾ ਜੀ ਜਗ੍ਹਾ ਤੇ ਆ ਗਏ ਹਾਂ ਜੀ। ਤੇਰੀ ਬਣਾਵਾ ਆਵੇ ਜੀ ਸਾਰੀ ਬਾਬਾ ਜੀ ਦੀ ਜਗ੍ਹਾ ਹੈ ਜੀ। ਹਾਂਜੀ ਬਾਬਾ ਜੀ ਦੀ ਜਗ੍ਹਾ ਹੈ ਜੀ। ਲੰਗਰ ਹਾਲ ਆ ਜੀ ਸਾਹਮਣੇ। ਹਾਂਜੀ ਸਾਹਮਣੇ ਆ ਜੀ ਬਾਬਾ ਜੀ ਦੀ ਜਗ੍ਹਾ, ਉਹ ਜਿੱਥੇ ਲਾਈਟਾਂ ਜਗਦੀ ਪਈਆਂ ਝੂਮਰ, ਉਹ ਬਾਬਾ ਜੀ ਦੀ ਜਗ੍ਹਾ ਹੈ। ਹਾਂਜੀ ਬਾਬਾ ਜੀ ਦਾ ਲੰਗਰ ਹਾਲ ਹੈ। ਹਾਂ ਜੀ ਸਾਹਮਣੇ ਨਹਿਰ ਦੇ ਨਾਲ ਨਾਲ ਜਿਹੜਾ ਜਾਂਦਾ ਜੀ ਬਾਬਾ ਸ਼ੇਖ ਪਤੇ ਨੂੰ ਰਾਹ ਜਿਹੜਾ ਜਾਂਦਾ ਹੈ ਜੀ ਨਹਿਰ ਦੇ ਨਾਲ ਨਾਲ। ਆਹ ਮੇਨ ਰੋਡ ਹੈ ਜੀ, ਆਹ ਤਲਾਵਾਂ ਪਿੰਡ। ਆਹ ਜੀ ਤਲਾਵੇਂ ਪਿੰਡ ਨੂੰ ਜਾਂਦਾ ਇਹਦਾ ਮੀਂਹ ਹੋਣ ਲੱਗ ਪਿਆ। ਆ ਜੀ ਆ ਗਿਆ ਜੀ ਤਲਾਵਾਂ ਪਿੰਡ ਸਾਹਮਣੇ। ਉਹ ਜੀ ਰਾਹ ਆਉਂਦਾ ਜੀ ਸਿੱਧਾ ਪਿੰਡ ਨੂੰ, ਜਿਹੜਾ ਪਿੰਡ ਹੈ ਜੀ ਤਲਾਵਾਂ ਪਿੰਡ। ਦੋ ਰਾਹ ਜੀ ਪਿੰਡ ਦੇ, ਕਿੱਧਰ ਨੂੰ ਮੁੜ ਜਾਂਦਾ ਹੈ ਉਹ ਸਾਹਮਣੇ ਜਾਂਦਾ ਜੀ। ਉਹ ਸਾਹਮਣੇ ਜੀ ਜਿੱਥੇ ਪਿੱਪਲ, ਉੱਥੇ ਖੂਹ ਹੁੰਦਾ ਸੀਗਾ ਜੀ ਪਹਿਲਾਂ, ਵੱਡੇ ਖੂਹ ਹੁੰਦਾ ਸੀਗਾ। ਹਾਂ ਅਜੇ ਵੀ ਹੈਗਾ। ਹਾਂਜੀ ਹਾਂਜੀ ਹਜੇ ਵੀ ਹੈਗਾ ਵਾ ਖੂਹ ਉੱਥੇ। ਤੇ ਆਹ ਹੈਗਾ ਜੀ ਛੱਪੜ, ਇਹ ਵੀ ਪੁਰਾਣਾ ਛੱਪੜ ਹੈ ਜੀ ਉਸ ਵਕਤ ਦਾ। ਉਹ ਸਾਹਮਣੇ ਜਗ੍ਹਾ ਹੈਗੀ ਜੀ ਆ ਬਾਬੇ ਖੈਰੇ ਸ਼ਾਹ ਦੀ, ਬਾਬੇ ਖੈਰੇ ਸ਼ਾਹ ਦੀ। ਉਹ ਉੱਥੇ ਲੱਗ ਜਾ ਕੇ ਲੈ ਲਓ ਫੋਟੋ। ਠੀਕ ਹੈ ਹਾਂਜੀ ਹਾਂਜੀ ਲੱਗ ਕੇ ਜਾਣਾ ਜੀ ਗੁਰਦੁਆਰਾ ਲੱਗ। ਹਾਂਜੀ ਆ ਗਿਆ। ਆਹ ਰਾਹ ਆਉਂਦਾ ਜੀ ਪਿੱਛੋਂ ਪਿੰਡੋਂ। ਹਾਂਜੀ ਗੁਰਦੁਆਰਾ ਪਿੰਡ ਦਾ ਜੀ,
ਹਾਂ ਜੀ ਬਾਬਾ ਖੈਰੇ ਸ਼ਾਹ ਦੀ ਜਗ੍ਹਾ ਹੈ ਜੀ, ਬਾਬਾ ਖੈਰੇ ਸ਼ਾਹ। ਹਾਂ ਜੀ ਬਹੁਤ ਇਤਿਹਾਸਿਕ ਅਤੇ ਬਹੁਤ ਹੀ ਪੁਰਾਣੀ ਜਗ੍ਹਾ ਹੈ ਬਾਬੇ ਖੈਰੇ ਸ਼ਾਹ। ਹਾਂ ਜੀ ਸਰਕਾਰੀ ਸਕੂਲ ਹੈ ਜੀ। ਵਨ ਬੈਸਟ ਹੈ। ਭਾਈ ਮਲੀਆਂ ਨੂੰ ਜਾਂਦਾ ਹੈ ਰਾਹ, ਅਤੇ ਆਹ ਜਿਹੜਾ ਰਾਹ ਹੈ ਇਹ ਪਿੰਡ ਦੇ ਬਾਹਰ ਬਾਹਰ ਜਾਂਦਾ ਜੀ। ਠੀਕ ਹੈ। ਆਹ ਵਾਲਾ ਮੇਨ ਰਾਹ ਆ, ਮੇਨ ਅੱਗੇ ਜਾ ਕੇ ਕਿੱਥੇ ਮਤਲਬ ਕਿ ਅੱਡੇ ਨੂੰ ਜੰਡਿਆਲੇ ਤੋਂ ਸੜਕ ਜਿਹੜੀ ਜੰਡਿਆਲੇ ਆਹ ਜਿਹੜੀ ਉੱਥੋਂ ਆਉਂਦੀ ਹੈ ਕੱਚਾ ਰਾਹ, ਇਹ ਕੱਚਾ ਰਾਹ। ਆਹ ਮਾਤਾ ਰਾਣੀ ਬਹੁਤ ਪੁਰਾਣੀ ਆ, ਆਹ ਸਾਹਮਣੇ ਇਹ ਮੁਸਲਮਾਨਾਂ ਦੇ ਵੇਲੇ ਦੀ ਆ, ਮਾਤਾ ਰਾਣੀ ਦੀ ਜਗ੍ਹਾ ਹੈ ਜੀ। ਜਿਹੜਾ ਪੁਰਾਣਾ ਸੀ ਉਹ ਬਦਲ ਗਿਆ ਵਾ ਇਹ ਨਵਾਂ ਮੰਦਿਰ ਬਣ ਗਿਆ ਆ ਪਿੰਡ ਦੀ ਆ ਗਿਆ ਨਾ ਰਾਹ ਵਾਲਾ ਦੇ ਉਹ ਗੁਰਦੁਆਰਾ ਵੀ ਬਾਅਦ ਚ ਬਣਿਆ ਜੀ ਨਵਾਂ ਬਣ ਗਿਆ ਆ ਆਹ ਪਿੰਡ ਦੀ ਆ ਗਿਆ ਨਾ ਰਾਹ ਵਾਲਾ ਦੇ ਉਹ ਗੁਰਦੁਆਰਾ ਵੀ ਬਾਅਦ ਚ ਬਣਿਆ ਜੀ ਨ
ਮੱਲੀਆਂ ਆ। ਮੱਲੀਆਂ ਤੋਂ ਆਉਂਦੀ ਆ ਬਸ? ਹਾਂਜੀ ਠੀਕ ਹੈ ਜੀ। ਆ ਜਗ੍ਹਾ ਜੀ ਬਾਬਾ ਹਿੱਦੇ ਵਾਲੇ ਦੀ ਹੈ, ਹਿੱਦੇ ਵਾਲਾ ਬਾਬਾ ਸਾਹਮਣੇ ਬਈ ਬਾਬਾ ਸ਼ੇਖ ਫਤਿਹ ਜੀ ਦਾ ਜੀ ਉਹਨਾਂ ਦੇ ਭਰਾ ਨੇ।
ਕੰਮ ਧੰਦਾ ਕਰ। ਆ ਜੀ ਖੂਹ ਹੈ ਜੀ ਬਹੁਤ ਪੁਰਾਣਾ, ਉਸੇ ਟਾਈਮ ਦਾ, ਪਾਕਿਸਤਾਨ ਤੋਂ ਪਹਿਲਾਂ ਦਾ ਅਤੇ ਬੰਦ ਤੋਂ ਕਹਿੰਦੇ ਕਿ ਬਾਬਾ ਸ਼ੇਖ ਫਤਿਹ ਜੀ ਉਹਨਾਂ ਦੇ ਭਰਾ ਸੀਗੇ। ਬੜੀ ਪੁਰਾਣੀ ਬਣੀ ਆ, ਇਹਦਾ ਪਤਾ ਹੀ ਨਹੀਂ ਕਦੋਂ ਕਦੇ ਬਾਬੇ ਜੀ ਹੋਣਾਂ ਦੀ ਜਗ੍ਹਾ ਆਈ। ਜਗ੍ਹਾ ਦੇ ਲਾਗੇ ਮੋਟਰ ਵਾਲਾ ਖੂਹ ਹੈ ਜੀ, ਇਹ ਵੀ ਬਹੁਤ ਪੁਰਾਣਾ ਹੈ। ਉਹ ਵੇਖੋ ਬਾਪੂ ਆਉਣ ਡਿਆ ਸੀ, ਉਹਨੂੰ ਪਤਾ ਉਹ ਬਾਬਾ ਜੀ ਦੀ ਜਗ੍ਹਾ ਹੈ ਸਾਹਮਣੇ ਜੀ, ਅਤੇ ਹਾਂ ਇੱਥੇ ਹੈ ਜੀ ਜਗ੍ਹਾ, ਇੱਥੇ ਵੀ ਖੂਹ ਹੁੰਦਾ ਸੀ ਇੱਕ ਪੁਰਾਣਾ। ਹਾਂ ਜੀ ਮੱਲੀਆ ਪਿੰਡ ਤੋਂ ਆਉਂਦਾ ਰਾਹ ਸਿੱਧਾ ਜੀ, ਆ ਪਿੰਡ ਨੂੰ ਚੱਲਦਾ ਰਾਹ ਸਿੱਧਾ। ਮੰਦਰ ਹੈ ਜੀ ਮਾਤਾ ਰਾਣੀ ਦਾ, ਬਹੁਤ ਪੁਰਾਣਾ, ਸ਼ਾਇਦ ਵੰਡ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਹੈ, ਬਾਅਦ 'ਚ ਮੋਡੀਫਾਈ ਕਰ ਦਿੱਤਾ ਗਿਆ ਅਤੇ ਹੁਣ ਜਗ੍ਹਾ ਹੋਰ ਗੁਫਾ ਹੁੰਦੀ ਸੀਗੀ ਜੀ ਇੱਥੋਂ ਪਹਿਲਾਂ ਛੋਟੀ ਜੀ, ਅਤੇ ਫਿਰ ਉਹਨੂੰ ਮੰਦਰ ਬਣਾ ਦਿੱਤਾ ਗਿਆ। ਹਾਂ ਮੱਲੀਆਂ ਪਿੰਡ ਟੈਂਕੀ ਆ, ਅਤੇ ਇਹ ਇੱਕ ਮੱਲੀਆਂ ਦੀ ਟੈਂਕੀ ਆ, ਇੱਕ ਤਲਾਵੇਂ ਦੀ। ਆਹ ਪੁਰਾਣਾ ਮੰਦਰ ਆ ਜੀ, ਮਾਤਾ ਰਾਣੀ ਦਾ ਮੰਦਰ ਹੈ ਜੀ। ਆਹ ਪਿੰਡ ਨੂੰ ਚੱਲ ਜਾਂਦਾ ਜੀ ਰਾਹ ਸਿੱਧਾ। ਹਾਂਜੀ ਇਹ ਜੰਡਿਆਲੇ ਨੂੰ ਜਾਂਦਾ, ਜੰਡਿਆਲੇ ਨੂੰ ਚੱਲ ਜਾਂਦੀ ਸੜਕ ਸਿੱਧੀ। ਕਿੰਨੇ ਕਿੰਨੇ ਦਾ ਨਾਮ ਯਾਦ ਹੈ ਹਾਜੀ ਆ, ਅਤੇ ਉਹਦੇ ਲੱਗ ਗਿਆ ਨਬੂਬ ਦਾ ਵਾ, ਨਬੂਬ ਦਾ ਪਕੜਾ ਵਾ ਲੜਾਈ ਚੇਂਜ ਨੂੰ ਪੱਠੇ ਦਿੱਤੇ ਚੋਰੀ ਜਿਹੜਾ ਲਿਆਉਣਾ ਸਾਰਾ ਪਤਾ। ਮੇਰੇ ਡੈਡੀ ਖੁਦ ਉਹਨਾਂ ਨੂੰ ਫੜ ਲੈਂਦਾ ਸੀ ਜਦੋਂ ਲੜਾਈ ਵੀ ਕਰਦੇ ਪੂਰੀ ਹੁੰਦੀ ਸਾਡੀ। ਹਾਂਜੀ ਹਾਂਜੀ, ਅਤੇ ਜਦੋਂ ਵੰਡ ਹੋਈ ਸੀਗੀ ਇੱਥੇ ਉਦੋਂ ਮਤਲਬ ਰੌਲਾ ਪਿਆ ਸੀ, ਕਿੱਦਾਂ ਮਾਹੌਲ ਰਿਹਾ ਸੀਗਾ ਪਿੰਡ ਦਾ? ਬਹੁਤ ਇੱਥੇ ਪਹਿਲਾਂ ਸਾਡੇ ਪਿੰਡ ਦੇ ਅਟੈਕ ਸੀ ਕਲਾਵੇਂ ਦੇ। ਅੱਛਾ ਜੀ, ਪਹਿਲਾਂ ਅਟੈਕ ਸਾਡੇ ਪਿੰਡ ਦੇ ਸੀ ਇੰਨਾ, ਫਿਰ ਨੰਬਰ ਦਾ ਸੀ ਪੈਸੇ ਇੱਕ। ਹਾਂਜੀ, ਅਤੇ ਇੱਕ ਉਹ ਪਾਣੀ ਪਿਆਲ ਦਾ ਲਾਈਫ ਹੋਈ ਜੀ, ਠੀਕ ਹੈ, ਉਹਦਾ ਨਾਂ ਹੁਣ ਕੀ ਸੀ ਉਹ, ਤੇ ਲੰਬਰਦਾਰ ਦਾ ਨਾਮ ਤੁਹਾਨੂੰ ਯਾਦ ਆ? ਸੰਤਾ ਸਿੰਘ, ਠੀਕ ਆ, ਹਾਂ ਉਹ ਦੱਸੂਗਾ ਰੱਬ। ਤੇ ਜ਼ਮੀਂਦਾਰ ਹੋਰ ਕਿਹੜੇ ਕਿਹੜੇ ਹੁੰਦਾ ਸੀਗਾ? ਜ਼ਮੀਂਦਾਰ ਉਹ ਜਿਹੜੇ ਹੁਣ ਸਿਆਣੇ ਆਮ ਉਹ ਕਈ ਪੂਰੇ ਹੋ ਗਏ ਆ। ਹੋਰ ਉਸ ਵੇਲੇ ਦੀ ਤੁਹਾਨੂੰ ਕਿਹੜੀ ਕਿਹੜੀ ਗੱਲ ਯਾਦ ਆ ਖਾਸ ਕੋਈ ਗੱਲ ਉਸ ਟਾਈਮ ਦੀ? ਜਦੋਂ ਲੜਾਈ ਹੋਈ ਪਹਿਲਾਂ ਹਾਲ ਵਾਹੁੰਦਿਆਂ ਇੰਨਾ ਕੁੱਟਿਆ ਮਾਰਿਆ ਕਿ ਇੱਕ ਸਾਡੇ ਮਜਬੀ ਸਿੰਘ ਸੀ, ਉਹਦੀ ਅੱਖ ਚ ਬਰਸੀ ਮਾਰੀ ਜਾਂਦਾ। ਅੱਛਾ, ਉਹ ਵੀ ਉਹਦੇ ਨਾਲ ਉਹ ਪਿਆਰ ਆ, ਫਿਰ ਚੋ ਜਦੋਂ ਗਾਂਹ ਲੰਘਣ ਗਏ ਨਾ ਸਾਡੇ ਬੰਦੇ ਵੱਲੋਂ ਜਾ ਕੇ ਚੁੱਕ ਕੇ ਲੈ ਆਇਆ ਨੂੰ, ਠੀਕ ਹੈ, ਹਾਂ ਜੱਥਾ ਪਿਆ ਸੀਗਾ ਤੇ ਉੱਥੋਂ ਫੇਰ 12 ਪਿੰਡ ਇਕੱਠੇ ਹੋ ਗਏ ਆਵੇ ਤਖੀਆ ਸਾਡੇ ਪਿੰਡ ਲੱਗ ਗਏ। ਹਾਂਜੀ ਹਾਂਜੀ ਹਾਂਜੀ, ਤੇ ਉਹ ਤਖੀਏ ਆ ਕੇ ਖੜ ਗਏ ਜਦੋਂ ਚਾਦਰਾਂ ਚਿੱਠੀਆਂ ਬੰਦੀਆਂ ਨਾ ਇਹਨਾਂ ਪਿਆ ਨਾ, ਤੇ ਉਹਨਾਂ ਕੋਲ ਚਲ ਗਏ, ਉਹ ਆਉਂਦੇ ਲੰਬਰਦਾਰ ਉਹਨਾਂ ਪਿੰਡ ਦਾ ਇੱਕ ਦੋ ਜੋ ਗੱਲ ਕਰਨੀ ਆ, ਪੱਕੇ ਉਹਨੂੰ ਜਾਣਦੇ ਲੰਬਰਦਾਰਾਂ ਨੂੰ, ਉਹਨਾਂ ਉਹਦੇ ਨਾਲ ਉਹਨਾਂ ਗੱਲਬਾਤ ਕਰਦਿਆਂ ਕਰਦਿਆਂ 2-3 ਘੰਟੇ ਲਗਾ ਤੇ ਗੱਲਾਂ ਕਰਦੇ ਉਹਨਾਂ ਚਿਰ ਨੂੰ। ਦੋ ਸਾਡੇ ਸੀ ਇੱਥੋਂ ਘੋੜੇ ਲੈ ਕੇ ਗਏ, ਘੋੜਾ ਸੀ ਇੱਥੇ ਧਰਤਾ ਭਲਵਾਨ ਹੁੰਦਾ ਸੀ, ਉਹਦੇ ਘੋੜੇ ਲੈ ਗਿਆ ਸੁਲੱਖਣ ਦੇ ਨਾਈ ਦੇ ਕੋ, ਦੋਵੇਂ ਸਰਾਰ ਤੇ ਜਾ ਕੇ ਉਹਨਾਂ ਖਬਰ ਕੀਤੀ ਮਿਲਟਰੀ ਨੂੰ, ਮਿਲਟਰੀ ਫਿਰ ਆਈ ਇੰਜੀ ਵੀ ਆ ਗਈ ਜੋ ਉਹ ਛੱਡ ਕੇ ਵੀ ਕਿਹਾ ਜੀ। ਬਹੁਤ ਪੁਰਾਣੀ ਜਗ੍ਹਾ ਇੱਥੇ, ਬਹੁਤ ਪੁਰਾਣਾ ਆ, ਹਲ ਵਾਹੁੰਦੇ ਹੁੰਦੇ ਉਦੋਂ ਮੁਸਲਮਾਨ ਇੱਥੇ, ਤੇ ਇੱਕ ਖੂਹ ਆ ਬਹੁਤ ਪੁਰਾਣਾ। ਆ ਜੀ ਸਾਹਮਣੇ ਖੂਹ ਦੀ ਨਿਸ਼ਾਨੀ ਹੈ ਜੀ, ਵੇਲਣੇ ਦੀ, ਇੱਥੇ ਵੇਲਣਾ ਚੱਲਦਾ ਹੁੰਦਾ ਸੀਗਾ, ਬਾਕੀ ਤਾਂ ਢੱਕਿਆ ਗਿਆ ਜੀ ਇਹਦੇ ਲਾਗੇ ਜੀ। ਪਰਾਲੀ ਚੁੱਕੀ ਜਾਊਗੀ ਉਦੋਂ। ਹਾਂਜੀ ਇਹ ਭਲਾ ਜੀ ਬਹੁਤ ਪੁਰਾਣਾ ਹੈ ਜੀ, ਜੱਟਾਂ ਦਾ
ਆ ਜੀ ਸਾਹਮਣੇ ਮੱਲੀਆਂ ਪਿੰਡ ਹੈ। ਆ ਜੀ ਸਾਹਮਣੇ ਤਲਾਵਾਂ ਪਿੰਡ। ਆ ਸਾਰਾ ਜੀ ਤਲਾਵਾਂ ਪਿੰਡ ਹੈ। ਤਾਰਾਗੜ੍ਹ ਨਾਂ ਤਾਰਾਗੜ੍ਹ ਹੈ। ਤਾਰਾਗੜ੍ਹ ਵੀ ਕਹਿੰਦੇ ਇਹਨੂੰ? ਹਾਂਜੀ ਠੀਕ ਹੈ ਜੀ, ਤਾਰਾਗੜ੍ਹ ਵੀ ਕਹਿੰਦੇ ਇਸ ਪਿੰਡ ਨੂੰ। ਨਹੀਂ ਉਹ ਫਿਰ ਖਰਾਬ ਹੋਇਆ ਜੀ। ਆ ਜੀ ਸਾਹਮਣੇ ਗੁੰਨੋਵਾਲ ਪਿੰਡ ਪੈ ਜਾਂਦਾ ਹੈ ਅਤੇ ਅੱਗੇ ਜੰਡਿਆਲਾ ਪੈ ਜਾਂਦਾ ਜੀ, ਇੱਥੋਂ 2 ਕੁ ਕਿਲੋਮੀਟਰ ਅੱਗੇ ਜੰਡਿਆਲਾ ਗੁਰੂ ਪੈ ਜਾਂਦਾ ਜੀ।